ਸ੍ਰੀ ਵਾਹਿਗੁਰੂ ਸਾਹਿਬ ਜੀਓ, ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ।
ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ, ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ, ਵਾਹਿਗੁਰੂ ਸਾਹਿਬ ਜੀ ਸਭ ਮਹਿ ਕਰਿਓ ਨਿਰਾਦਰ ਮੇਰੋ, ਆਇਓ ਲਖ ਨਾ ਕਰਿਓ ਸਤਿਕਾਰ, ਜੁਗਤ ਉਗਤ ਕਰ ਸ਼ਬਦ ਹਟਾਇਓ, ਸਭ ਬੇਦਨ ਕੋ ਜਿਸ ਮਹਿ ਸਾਰ, ਜੁਗਤ ਉਗਤ ਕਰ ਸ਼ਬਦ ਹਟਾਇਓ, ਸਭ ਬੇਦਨ ਕੋ ਜਿਸ ਮਹਿ ਸਾਰ। ਚਵਰ ਛਤਰ ਤਖ਼ਤ ਤੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਦ ਹਾਜ਼ਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਇੱਕ ਵਾਰੀ ਸਰਬੱਤ ਸੰਗਤ ਰਸਨਾ ਕਰੋ, ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਦੀ ਉਸਤਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭੱਟ ਸਾਹਿਬਾਨ ਨੇ ਪਵਿੱਤਰ ਬਚਨ ਅੰਕਿਤ ਕੀਤੇ ਹਨ, ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਹੀ ਨੇ। ਸਾਡੇ ਹਿਰਦੇ ਵਿੱਚ ਤੇ ਬੜਾ ਕੁਝ ਹੈ, ਜੇ ਕਿਸੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤੇ ਇੱਕ ਸੂਫੀ ਸੰਤ ਨੇ ਲਿਖ ਦਿੱਤਾ, ਦਿਲ ਦਰਿਆ ਸਮੁੰਦਰੋਂ ਡੂੰਘੇ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਤੁਹਾਡੇ ਹਿਰਦੇ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਨੇ, ਇੱਕ ਤੇ ਹੈ ਨਾਮ, ਦੂਸਰਾ ਹੈ ਸੰਤੋਖ। ਜਿੱਥੇ ਪਰਮਾਤਮਾ ਰੱਖੇ ਵਾਹਿਗੁਰੂ ਰੱਖੇ ਉੱਥੇ ਬਸ ਰਾਜੀ ਰਹਿਣਾ।
ਸਦਾ ਪ੍ਰਸੰਨ ਰਹਿਣਾ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੇ ਇੱਕ ਹੈ ਸੱਤ ਸਰੂਪ ਪਰਮਾਤਮਾ ਦਾ ਧਿਆਨ ਇੱਕ ਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਵਿੱਚ ਵਾਹਿਗੁਰੂ ਹੈ ਇੱਕ ਵਾਹਿਗੁਰੂ ਦਾ ਨਾਮ ਹੈ ਤੇ ਇੱਕ ਹੈ ਸੰਤੋਖ ਭੱਟ ਸਾਹਿਬਾਨ ਉਸਤਤ ਕਰਦੇ ਹੋਏ ਕਹਿੰਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਰੱਬ ਤੋਂ ਬਿਨਾਂ ਹੋਰ ਕੋਈ ਗੱਲ ਚੱਲਦੀ ਨਹੀਂ ਉਹਦੇ ਧਿਆਨ ਤੋਂ ਬਿਨਾਂ ਸੇਵਾ ਸਿਮਰਨ ਸੰਤੋਖ ਤੋਂ ਬਿਨਾਂ ਕੋਈ ਗੱਲ ਉੱਥੇ ਹੁੰਦੀ ਨਹੀਂ ਵੈਸੇ ਜਪਜੀ ਸਾਹਿਬ ਦੇ ਵਿੱਚ ਵੀ ਗਰੀਬ ਨਵਾਜ ਬੜਾ ਸੋਹਣਾ ਫਰਮਾਉਂਦੇ ਨੇ ਸਤਿਗੁਰੂ ਜੀ ਨੂੰ ਪੁੱਛਿਆ ਜੀ ਸਚਿਆਰ ਕਿੱਦਾਂ ਹੋਈਏ ਪਿਛਲੇ ਯੁੱਗਾਂ ਦੇ ਪਿਛਲੇ ਸਮੇਂ ਦੇ ਸਾਧਨ ਨੇ ਸੋਚ ਕਰਕੇ ਇੱਕ ਹੋਰ ਸਾਧਨ ਹੈ ਮੌਨ ਧਾਰਨ ਕਰਕੇ ਜਾਂ ਵਿਦਿਆ ਪੜ੍ਹਨ ਕਰਕੇ ਸਿਆਣੇ ਹੋਣ ਕਰਕੇ ਸਤਿਗੁਰੂ ਜੀ ਨੇ ਸਭ ਨੂੰ ਖੰਡਨ ਕਰਕੇ ਪਵਿੱਤਰ ਬਚਨ ਕੀਤੇ ਨੇ ਆਪ ਜੀ ਪੜ੍ਹਦੇ ਹੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਭ ਤੋਂ ਪਹਿਲਾਂ ਖੰਡਨ ਕੀਤਾ ਹੈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਦੂਸਰੀ ਵਾਰੀ ਖੰਡਨ ਕੀਤਾ ਹੈ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾ ਤੀਸਰਾ ਲੋਭ ਦਾ ਖੰਡਨ ਕੀਤਾ ਹੈ ਜਾਂ ਭੁੱਖੇ ਰਹਿਣ ਦਾ ਖੰਡਨ ਕੀਤਾ ਹੈ ਕਈ ਰੋਟੀ ਨਹੀਂ ਖਾਂਦੇ ਕਹਿੰਦੇ ਮੈਂ ਦੁੱਧ ਪੀ ਲੈਂਦਾ ਬਸ ਕਈ ਪ੍ਰਸ਼ਾਦਾ ਨਹੀਂ ਛਕਦੇ ਤਮੋ ਗੁਣ ਨਾ ਵਧੇ ਨਸ਼ਾ ਨਾ ਵਧੇ ਨੀਂਦ ਦਾ ਮੈਂ ਸਿਰਫ ਫਲ ਖਾ ਲੈਂਦਾ ਫਲਾਹਾਰ ਕਰ ਲੈਂਦਾ ਵੈਸੇ ਊਂ ਇੱਕ ਗੱਲ ਜੇ ਦੇਖੀ ਜਾਵੇ ਖੁਰਾਕ ਦਾ ਅਸਰ ਤੇ ਪੈਂਦਾ ਹੀ ਜੈਸਾ ਅੰਨ ਵੈਸਾ ਮਨ ਆਪਾਂ ਸੁਣਦੇ ਹਾਂ ਪਰ ਇੰਨਾ ਵੀ ਨਹੀਂ ਕਿਉਂ ਜੇ ਬਿਲਕੁਲ ਹੀ ਦੁੱਧ ਪੀਣ ਕਰਕੇ ਕ੍ਰੋਧ ਨਹੀਂ ਪੈਦਾ ਹੁੰਦਾ ਤੇ ਬੱਚਾ ਕਿਉਂ ਲਿੜਦਾ ਧਰਤੀ ਦਾ ਉਹ ਕਿਉਂ ਜਿੱਦ ਕਰਦਾ ਕ੍ਰੋਧ ਉਹਦੇ ਵਿੱਚ ਵੀ ਬੈਠਾ ਤਾਂ ਮਹਾਰਾਜ ਨੇ ਆਖਿਆ ਬਿਲਕੁਲ ਭੁੱਖੇ ਰਹਿਣ ਕਰਕੇ ਵੀ ਪ੍ਰਾਪਤੀ ਨਹੀਂ ਤੇ ਬਿਲਕੁਲ ਪੇਟ ਭਰੇ ਪਸ਼ੂਆ ਜਿਉ ਸੋਇਓ ਇਹਦੇ ਕਰਕੇ ਵੀ ਪ੍ਰਾਪਤੀ ਨਹੀਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਜਿੰਨਾ ਮਰਜ਼ੀ ਪੜ੍ਹ ਲੇ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ ਫਿਰ ਪੁੱਛਿਆ ਜੀ ਸਚਿਆਰ ਕਿੱਦਾਂ ਹੋਈਦਾ ਆਪ ਜੀ ਰੋਜ਼ ਪੜ੍ਹਦੇ ਹੋ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਜਵਾਬ ਕੀ ਆਇਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਇਹ ਹੁਕਮ ਕੀ ਹੈ ਤਾਂ ਇਹਦਾ ਜਵਾਬ ਫਿਰ ਭੱਟ ਸਾਹਿਬਾਨ ਦਿੰਦੇ ਕਿ ਉੱਥੇ ਸਿਰਫ ਇੱਕ ਨਾਮ ਦੀ ਗੱਲ ਚੱਲਦੀ
ਇੱਥੇ ਹੁਕਮ ਕਿਹਨੂੰ ਕਿਹਾ ਵਾ ਜਿਸ ਕਰਕੇ ਮੇਰਾ ਹਿਰਦਾ ਸਾਫ ਹੋ ਜੇ? ਤੇ ਇਹਦੀ ਵਿਆਖਿਆ ਫਿਰ ਮਹਾਰਾਜ ਕਹਿੰਦੇ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਿਖਾਣੀ। ਹੁਕਮ ਦੀ ਵਿਆਖਿਆ ਨਾਮ ਦੀ ਕੀਤੀ ਹੈ ਧੰਨ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਜਾਂ ਭਾਣੇ ਦੀ ਕੀਤੀ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਦਰ ਤੇ ਉਹਦੇ ਹਿਰਦੇ ਵਿੱਚ ਸਿਰਫ ਰੱਬ ਦੇ ਨਾਂ ਦੀ ਗੱਲ ਚੱਲਦੀ, ਉੱਥੇ ਫਾਲਤੂ ਗੱਲਾਂ ਲਈ ਕੋਈ ਟਾਈਮ ਨਹੀਂ, ਉੱਥੇ ਦੁਨਿਆਵੀ ਗੱਲਾਂ ਲਈ ਕੋਈ ਸਮਾਂ ਨਹੀਂ। ਜਾਂ ਰੱਬ ਦੇ ਧਿਆਨ ਦੀ ਗੱਲ ਚੱਲਦੀ ਹੈ, ਜਾਂ ਸੇਵਾ ਸਿਮਰਨ ਸੰਤੋਖੀਆਂ ਦੀ ਗੱਲ ਚੱਲਦੀ। ਐਸੇ ਗੁਰੂ ਅਰਜਨ ਦੇਵ ਸਾਹਿਬ ਦੀ ਉਸਤਤ ਕਰਦੇ ਕਰਦੇ ਆਪ ਜੀ ਬੜਾ ਸੋਹਣਾ ਬਚਨ ਕਰਦੇ ਨੇ, ਭੰਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿੱਤ ਸਨਮੁਖ ਰਹੋ, ਕਲਯੁਗ ਜਹਾਜ ਅਰਜਨ ਗੁਰੂ। ਸਗਲ ਸ੍ਰਿਸ਼ਟ ਲਗਬੇ ਤਰੋ, ਧੰਨ ਗੁਰੂ ਅਰਜਨ ਦੇਵ ਸਾਹਿਬ ਸਿਰਫ ਤੇ ਸਿਰਫ ਇਸ ਕਲਯੁਗ ਵਿੱਚੋਂ ਪਾਰ ਲੰਘਾਉਣ ਦੇ ਜਹਾਜ਼ ਨੇ, ਹੋਰ ਕੋਈ ਜਹਾਜ਼ ਨਹੀਂ। ਜਿਹੜਾ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਚਿੱਤ ਜੋੜ ਕੇ ਸਦਾ ਸਨਮੁਖ ਰਹੇਗਾ, ਉਹ ਇਸ ਸੰਸਾਰ ਤੋਂ ਕਲਯੁਗ ਤੋਂ ਤਰ ਜਾਵੇਗਾ। ਐਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਪਾਦਨਾ ਕਰਵਾ ਰਹੇ, ਸਤਿਗੁਰੂ ਜੀ ਦੀ ਬੀੜ ਲਿਖਵਾ ਰਹੇ ਨੇ। ਪਤਾ ਚੱਲਿਆ ਹੈ ਲਾਹੌਰ ਦੇ ਰਹਿਣ ਵਾਲੇ ਬੜੇ ਪ੍ਰਸਿੱਧ ਭਗਤ ਭਗਤ ਕਾਨ੍ਹਾ ਜੀ ਨੂੰ, ਭਗਤ ਪੀਲੂ ਜੀ ਨੂੰ, ਭਗਤ ਛੱਜੂ ਜੀ ਨੂੰ, ਤੇ ਮੇਰੇ ਖਿਆਲ ਨਾਲ ਸ਼ਾਹ ਹੁਸੈਨ। ਇਹ ਆਪਣੀ ਬਾਣੀ ਲਿਖਵਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਸ ਆਏ। ਸਤਿਗੁਰੂ ਜੀ ਨੇ ਬੜਾ ਸਤਿਕਾਰ ਕੀਤਾ, ਪਰ ਭਗਤ ਕਾਨ੍ਹਾ ਬੜੀ ਹਉਮੈ ਚ ਆਇਆ, ਹੰਕਾਰ ਚ ਆਇਆ, ਇੱਥੋਂ ਤੱਕ ਕਹਿ ਦਿੱਤਾ ਕਿ ਜਿਨ੍ਹਾਂ ਭਗਤਾਂ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਦੇ ਹੋ, ਪਤਾ ਨਹੀਂ ਉਹ ਹੋਏ ਵੀ ਆ ਕਿ ਨਹੀਂ ਹੋਏ, ਪਤਾ ਨਹੀਂ ਕਿਹੜੀ ਜਾਤ ਆ ਤੇ ਕਿਹੜੀ ਕੁਜਾਤ ਆ, ਇੰਨਾ ਵੱਡਾ ਨਰਾਦਰ ਹਉਮੈ ਵਿੱਚ ਭਗਤ ਕਾਨ੍ਹੇ ਨੇ ਭਗਤ ਕਬੀਰ ਸਾਹਿਬ ਦਾ ਕੀਤਾ, ਭਗਤ ਰਵਿਦਾਸ ਸਾਹਿਬ ਦਾ ਕੀਤਾ, ਭਗਤ ਸਦਨੇ ਕਸਾਈ ਦਾ ਕੀਤਾ। ਇਸ ਹਉਮੈ ਦੇ ਵਿੱਚ ਸਤਿਗੁਰੂ ਜੀ ਨੇ ਫਿਰ ਵੀ ਕੁਝ ਚਿਰ ਇਹਨਾਂ ਦਾ ਮਾਣ ਰੱਖਿਆ, ਸਤਿਕਾਰ ਰੱਖਿਆ, ਔਰ ਫਿਰ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੀ ਬਾਣੀ ਉਚਾਰੋ, ਜੇ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਗੁਰਸਿੱਖੀ ਮਾਰਗ ਦੇ ਨਾਲ ਮੇਲ ਖਾਂਦੀ ਹੋਵੇਗੀ ਜ਼ਰੂਰ ਦਰਜ ਕਰਾਂਗੇ।
ਉਹਨਾਂ ਨੇ ਵਦਾਂਤ ਤੋਂ ਪ੍ਰਭਾਵਿਤ ਹੋ ਕੇ ਸ਼ਬਦ ਉਚਾਰੇ, ਮੈਂ ਉਹੀ ਰੇ, ਮੈਂ ਉਹੀ ਰੇ। ਪਵਿੱਤਰ ਬਚਨ ਇੱਥੇ ਲਿਖੇ ਨੇ ਉਹਨਾਂ ਦੇ, ਜਾ ਕੋ ਵੇਦ ਪੁਰਾਨ ਸਭ ਗਾਵੈ, ਖੋਜਤ ਖੋਜ ਨਾ ਕੋਈ ਰੇ। ਮੈਂ ਉਹ ਬ੍ਰਹਮਾ ਰੱਬ ਆ ਜਿਹਨੂੰ ਗਾਉਂਦੇ ਤੇ ਸਾਰੇ ਹੀ ਧਾਰਮਿਕ ਗ੍ਰੰਥ ਨੇ, ਪਰ ਬਾਹਰਲੇ ਸਰੀਰ ਕਰਕੇ ਉਹ ਪਕੜ ਚ ਨਹੀਂ ਆਉਂਦਾ, ਉਹਦੀ ਖੋਜ ਨਹੀਂ ਹੁੰਦੀ। ਜਾ ਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ। ਜਿਹਦਾ ਸਿਮਰਨ ਨਾਰਦ ਵੀ ਕਰਦਾ ਹੈ, ਜਿਹਦੀ ਉਸਤਤ ਸਰਸਵਤੀ ਦੇਵੀ ਵੀ ਕਰਦੀ ਹੈ, ਜਿਹਦੀ ਉਸਤਤ 33 ਕਰੋੜ ਦੇਵੀ ਦੇਵਤੇ ਵੀ, ਜਿਹਦੀ ਉਪਾਸ਼ਨਾ ਕਰਕੇ ਭਗਤੀ ਕਰਕੇ ਜਿੱਤੋਂ ਸ਼ਕਤੀ ਲੈਂਦੇ। ਔਰ ਇਹਨਾਂ ਦੇ ਸ਼੍ਰੋਮਣੀ ਬ੍ਰਹਮਾ ਵਿਸ਼ਨ ਮਹੇਸ਼ ਅਰਾਧੇ ਸਭ ਕਰਦੇ ਜਾ ਕੀ ਸੇਵਾ ਰੇ। ਬ੍ਰਹਮਾ ਜੀ, ਵਿਸ਼ਨੂੰ ਜੀ ਔਰ ਭਗਵਾਨ ਸ਼ਿਵ ਵਰਗੇ ਜੋਗੀ ਜਿਹਦੀ ਅਰਾਧਨਾ ਕਰਦੇ ਹਨ, ਉਹ ਜਿਹੜਾ ਰੱਬ ਆ ਨਾ, ਉਹ ਮੈਂ ਹੀ ਹਾਂ, ਮੈਂ ਉਹੀ ਰੇ, ਮੈਂ ਉਹੀ। ਕਹਿ ਕੰਨ ਅਸ ਮਮ ਸਰੂਪ ਹੈ, ਜਿਹੜੀ ਮੇਰੀ ਅੰਦਰਲੀ ਆਤਮਾ ਵਾ ਉਹ ਆ ਬ੍ਰਹਮ ਆ। ਗੱਲ ਤਾਂ ਉਹਨੇ ਠੀਕ ਕਹੀ ਆ, ਪਰ ਮੂੰਹ ਤੋਂ ਕਹਿ ਗਿਆ ਨਾ ਵੀ ਮੈਂ ਰੱਬ ਆ। ਅਪਰੰ ਪਰ ਅਲੱਖ ਅਭੇਵਾ ਰੇ, ਜਿਹੜਾ ਪ੍ਰਕਿਰਤੀ ਤੋਂ ਪਰੇ ਆ, ਲਖਣ ਤੋਂ ਰਹਿਤ ਆ, ਜਿਹਦਾ ਭੇਦ ਅੰਤ ਅਜੇ ਤੱਕ ਕਿਸੇ ਨੇ ਨਹੀਂ ਪਾਇਆ। ਤਾਂ ਇਸ ਬਾਣੀ ਨੂੰ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਜਿਹੜੇ ਬਚਨ ਕੀਤੇ ਕਿ ਇਸ ਬਾਣੀ ਦੇ ਨਾਲ ਸਿੱਖਾਂ ਅੰਦਰ ਹੰਕਾਰ ਪੈਦਾ ਹੋਵੇਗਾ, ਹਉਮੈ ਪੈਦਾ ਹੋਵੇਗਾ। ਇੱਕ ਗੱਲ ਯਾਦ ਰੱਖਿਓ, ਹਜ਼ਰਤ ਜਿੰਨੇ ਵੀ ਸੰਸਾਰ ਦੇ ਵਿੱਚ ਆਏ, ਜਦੋਂ ਉਹ ਆਪਣੀ ਸਿਖਰ ਦੀ ਮੰਜ਼ਿਲ ਤੇ ਪਹੁੰਚੇ, ਕਿਸੇ ਨੇ ਕਹਿਤਾ ਅਨਲ ਹੱਕ। ਸੂਫੀ ਸੰਤ ਜਦੋਂ ਸਿਖਰ ਦੀ ਮੰਜ਼ਿਲ ਤੇ ਪਹੁੰਚਦਾ, ਕਹਿੰਦਾ ਅਨਲ ਹੱਕ, ਮੈਂ ਸੱਚ ਹਾਂ, ਮੈਂ ਰੱਬ ਹਾਂ। ਹਜ਼ਰਤ ਮੁਹੰਮਦ ਸਾਹਿਬ ਆਏ, ਹਜ਼ਰਤ ਈਸਾ ਮਸੀਹ ਆਏ, ਉਹਨਾਂ ਦਾਅਵਾ ਕਰ ਦਿੱਤਾ ਕਿ ਖੁਦਾ ਦੇ ਸਭ ਤੋਂ ਨੇੜੇ ਅਸੀਂ ਹਾਂ, ਸਾਡੇ ਰਾਹੀਂ ਲੰਘਣਾ ਪਊਗਾ, ਨਹੀਂ ਤੇ ਪਹੁੰਚ ਨਹੀਂ ਹੋਵੇ। ਸੂਫੀ ਸੰਤ ਜਦੋਂ ਸਿਖਰ ਤੇ ਪਹੁੰਚਦਾ ਹੈ, ਉਹ ਕਹਿੰਦਾ ਅਨਲ ਹੱਕ। ਔਰ ਵੇਦਾਂਤ ਨੂੰ ਪੜ੍ਹਨ ਵਾਲਾ ਸਾਧੂ ਜਦੋਂ ਸਿਖਰ ਤੇ ਪਹੁੰਚਦਾ ਹੈ, ਉਹ ਕੀ ਕਹਿੰਦਾ? ਅਹੰਗ ਬ੍ਰਹਮ ਅਸਮੀ, ਮੈਂ ਰੱਬ। ਪਰ ਜਦੋਂ ਸਿੱਖ ਸਿਖਰ ਤੇ ਪਹੁੰਚਦਾ, ਉਦੋਂ ਕੀ ਕਹਿੰਦਾ? ਸਿੱਖ ਦਾ ਵੀ ਤੇ ਸਿਖਰ ਆ ਨਾ, ਹਰੇਕ ਦੀ ਅਵਸਥਾ ਤੇ ਆ, ਇੱਕ ਸਿਖਰ ਤੇ ਹੈ ਹੀ ਆ। ਸਿੱਖ ਕੀ ਕਹੂਗਾ? ਸਿੱਖ ਮੈਂ ਨਹੀਂ ਕਰਦਾ, ਸਿੱਖ ਤੂੰ ਤੂੰ ਕਰਨ ਲੱਗ ਪੈਂਦਾ। ਜਦੋਂ ਸਿੱਖ ਸਿਖਰ ਤੇ ਪਹੁੰਚਦਾ, ਤੂੰ ਤੂੰ ਕਰਤਾ ਤੂੰ ਹੋਆ, ਐਸੀ ਅਵਸਥਾ ਤੇ ਪਹੁੰਚਦਾ। ਇੰਨਾ ਫਰਕ ਹੈ ਸਿੱਖ ਦਾ ਤੇ ਦੂਸਰੇ ਰਸਤੇ ਦਾ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਇਸ ਬਾਣੀ ਨਾਲ ਹਉਮੈ ਪੈਦਾ ਹੋਣੀ ਹੈ ਕਾਨਾ ਜੀ, ਹੰਕਾਰ ਪੈਦਾ ਹੋਣਾ। ਇਸ ਕਰਕੇ ਅਸੀਂ ਤੇ ਹੰਕਾਰ ਮੇਟਣ ਨੂੰ ਬਾਣੀ ਪ੍ਰਗਟ ਕੀਤੀ ਹੈ,
ਤੇ ਜੇ ਬਾਣੀ ਪੜ੍ਹ ਕੇ ਹੀ ਹੰਕਾਰ ਪੈਦਾ ਕਰਨਾ ਤੇ ਫਿਰ ਕੀ ਲਾਭ ਹੈ। ਇਸ ਕਰਕੇ ਅਸੀਂ ਤੁਹਾਡੀ ਬਾਣੀ ਇਹਦੇ ਵਿੱਚ ਸ਼ਾਮਲ ਨਹੀਂ ਕਰ ਸਕਦੇ। ਇਹ ਗੱਲ ਸੁਣ ਕੇ ਫਿਰ ਕਾਨਾ ਕੀ ਕਹਿੰਦਾ ਹੈ ਤਾਂ ਮਹਾਂਕਵੀ ਭਾਈ ਸਾਹਿਬ ਜੀ ਲਿਖਦੇ ਹਨ, ਸਭ ਮਹਿ ਕਰਿਓ ਨਿਰਾਦਰ ਮੇਰੋ। ਤੁਸੀਂ ਤਾਂ ਸਾਰੀ ਸੰਗਤ ਵਿੱਚ ਹੀ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ। ਆਇਓ ਲਖਨਾ ਕਰਿਓ ਸਤਕਾਰ। ਮੈਂ ਲਾਹੌਰ ਤੋਂ ਆਇਆ, ਮੇਰਾ ਬੜਾ ਮਾਣ ਸਤਕਾਰ ਦੁਨੀਆ ਕਰਦੀ ਹੈ, ਪਰ ਤੁਸੀਂ ਬਿਲਕੁਲ ਹੀ ਮੇਰਾ ਮਾਣ ਸਤਕਾਰ ਨਹੀਂ ਕੀਤਾ। ਜੁਕਤ ਉਕਤ ਕਰ ਸ਼ਬਦ ਹਟਾਇਆ। ਤੁਸੀਂ ਦਲੀਲ ਦੇ ਕੇ ਤੇ ਪ੍ਰਮਾਣ ਦੇ ਕੇ, ਪੰਕਤੀਆਂ ਸੁਣਾ ਕੇ ਤੇ ਉਦਾਹਰਣ ਦੇ ਕੇ, ਜੁਗਤੀ ਤੇ ਉਗਤੀ ਦੇ ਕੇ ਮੇਰੇ ਸ਼ਬਦ ਨੂੰ ਕੱਟ ਦਿੱਤਾ ਜਿਹੜਾ ਮੈਂ ਬਾਣੀ ਚ ਚੜਾਉਣਾ ਸੀ। ਸਭ ਬੇਦਨ ਕੋ ਜਿਸ ਮਹਿ ਸਾਰ। ਜਿਸ ਸ਼ਬਦ ਵਿੱਚ ਸਾਰੇ ਵੇਦਾਂ ਦਾ ਨਿਚੋੜ। ਗੱਲ ਬਿਲਕੁਲ ਠੀਕ। ਆਪ ਜੀ ਜਾਣਦੇ ਹੋ ਵੀ ਚਾਰ ਵੇਦ, ਸਾਮ ਵੇਦ, ਰਿਗ ਵੇਦ, ਯਜੁਰਵੇਦ ਤੇ ਅਥਰਵਣ ਵੇਦ, ਚਾਰ ਹੀ ਆ। ਚਾਰਾਂ ਦਾ ਨਿਚੋੜ ਇੱਕ ਹੀ ਆ। ਚਾਰਾਂ ਦੇ ਮਹਾਮੰਤਰ ਤੁਸੀਂ ਸੁਣੇ ਹੋਣਗੇ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬੀਜ ਮੰਤਰ ਕੀ ਆ, ਇੱਕ ਓਅੰਕਾਰ। ਬੜੀ ਸੋਹਣੀ ਘਟਨਾ ਵੀ ਆਉਂਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਦੇ ਭਰਾਤਾ ਸੀ ਡਾਕਟਰ ਭਾਈ ਬਲਬੀਰ ਸਿੰਘ ਜੀ। ਉਹਨਾਂ ਬੜੀ ਸੋਹਣੀ ਗਾਥਾ ਲਿਖੀ ਕਿ ਇੱਕ ਦਿਨ, ਤੁਸੀਂ ਆ ਰੋਜ਼ ਨਾਮ ਜਪਦੇ ਹੋ 7 ਤੋਂ 8, ਨਾਮ ਜਪਣ ਵਿੱਚ ਇਹ ਘਟਨਾ ਬੜੀ ਸਹਾਇਤਾ ਕਰੇਗੀ। ਉਹਨਾਂ ਘਟਨਾ ਲਿਖੀ ਡਾਕਟਰ ਬਲਬੀਰ ਸਿੰਘ ਜੀ ਨੇ। ਉਹ ਕਹਿੰਦੇ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਸੇਵਕ ਸਿੱਖਾਂ ਨੂੰ, ਖਾਲਸੇ ਨੂੰ ਹੁਕਮ ਕੀਤਾ, ਕੋਈ ਐਸਾ ਸਿੱਖ ਹੈ ਜਿਹੜਾ ਓਤ ਪੋਤ ਰਵਿਆ ਰੂਪ ਰੰਗ ਏਦਾਂ ਬਾਣੀ ਚ ਖੁਬਿਆ ਹੋਵੇ, ਤਨ ਤੇ ਵੀ ਬਾਣੀ ਤੇ ਮਨ ਤੇ ਵੀ ਬਾਣੀ, ਜਿਹਦੀ ਅਵਸਥਾ ਇਸ ਤਰ੍ਹਾਂ ਦੀ ਬਾਣੀ ਨਾ ਹੋ ਜੇ ਤੇ ਸਾਨੂੰ ਘੋੜੇ ਦੀ ਰਕਾਬ ਦੇ ਵਿੱਚ ਚਰਨ ਰੱਖਦਿਆਂ ਰੱਖਦਿਆਂ ਜਾਂ ਪਲਾਕੀ ਮਾਰ ਕੇ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਇੱਕ ਸ਼ਬਦ ਚ ਸੁਣਾ ਦੇ। ਹੁਣ ਇੰਨੀ ਬਾਣੀ ਦੀ ਕਮਾਈ ਕਰਦਾ ਕੌਣ? ਅੱਜ ਕੱਲ੍ਹ ਤੇ ਨਵਾਂ ਹੀ ਕੰਮ ਚੱਲ ਪਿਆ ਨਾ, ਪੜ੍ਹਨ ਦੀ ਲੋੜ ਹੀ ਨਹੀਂ, ਨਾ ਕਾਹਨੂੰ ਪੜ੍ਹਨੀ ਆ। ਕਹਿੰਦੇ ਜੀ ਪੜ੍ਹਨ ਦੀ ਲੋੜ ਨਹੀਂ, ਸਿਮਰਨ ਦੀ ਲੋੜ ਨਹੀਂ। ਤਾਂ ਮਹਾਂਪੁਰਖਾਂ ਨੇ ਉਹਨਾਂ ਦੇ ਜੀਵਨ ਵਿੱਚ ਵੀ ਇੱਕ ਗਾਥਾ ਆਉਂਦੀ ਬੜੀ ਸੋਹਣੀ, ਜਿਹੜਾ ਬਾਣੀ ਚ ਓਤ ਪੋਤ ਰਵਿਆ ਰੂਪ ਰੰਗ ਹੋਊਗਾ ਨਾ, ਉਹਨੂੰ ਬਾਣੀ ਦਾ ਕੋਈ ਪ੍ਰਸ਼ਨ ਵੀ ਹੋ ਜੇ ਉਹ ਸਮਾਧਾਨ ਕਰ ਦੂਗਾ। ਇਹੀ ਪ੍ਰਸ਼ਨ ਇੱਕ ਵਾਰੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਿੰਨੇ ਵਿਦਿਆਰਥੀ ਸੀ
ਉਹਨਾਂ ਨੂੰ ਖੜੇ ਕਰਕੇ ਕਹਿ ਦਿੱਤਾ ਸੀ ਕੋਈ ਏਦਾਂ ਦਾ ਵਿਦਿਆਰਥੀ ਹੈ ਜਿਹੜਾ 5 ਮਿੰਟਾਂ ਵਿੱਚ ਜਪਜੀ ਸਾਹਿਬ ਦਾ ਸਿਧਾਂਤ ਸੁਣਾ ਦੇਵੇ, ਨਿਚੋੜ ਦੱਸੇ, 5 ਮਿੰਟ ਦਿੰਦਾ, 5 ਮਿੰਟ। ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਸੀ। ਇੱਕ ਉੱਠੇ ਸੀ ਜਿਹਨਾਂ 3 ਮਿੰਟਾਂ ਚ ਸੁਣਾ ਦਿੱਤਾ ਸੀ, ਉਹ ਕੌਣ ਸੀ? ਵਿਦਿਆ ਮਾਰਤੰਡ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਰਾਮ। 3 ਮਿੰਟਾਂ ਚ ਸੁਣਾਇਆ ਕਵਿਤਾ ਰੂਪ ਦੇ ਵਿੱਚ। ਕਿਤੇ ਕਿਤੇ ਮਹਾਤਮਾ ਮਹਾਂਪੁਰਖ ਨਾਲ ਪਰਖ ਕਰਦੇ ਆ ਵੀ ਵੇਖੀਏ ਤੇ ਸਹੀ, ਇਹ ਨਾਮ ਜਪਦਾ ਵੀ ਆ ਕਿ ਐਵੇਂ ਅੱਖਾਂ ਮੀਚ ਕੇ ਸੁੱਤਾ ਹੀ ਰਹਿੰਦਾ, ਐਵੇਂ ਗੁਰਦੁਆਰੇ ਦੀਆਂ ਰੋਟੀਆਂ ਹੀ ਖਾ ਛੱਡਦਾ। ਤਾਂ ਮਹਾਰਾਜ ਜੀ ਸਾਹਿਬ ਕਮਾਲ ਪੰਥ ਦੇ ਵਾਲੀ ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਤਾਂ ਇੱਕ ਸਿੱਖ ਨੇ ਹੱਥ ਜੋੜ ਕੇ ਆਖਿਆ ਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਦਵੈਤ ਸਰੂਪ ਇੱਕ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲੂਗਾ, ਆਪਣੀ ਨਾਲ ਨਹੀਂ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ। ਇਹ ਕੀ ਹੋ ਗਿਆ? ਬੀਜ ਮੰਤਰ ਹੋ ਗਿਆ। ਇਹ ਬੀਜ ਹੋ ਗਿਆ, ਇਹਦੀ ਸ਼ਾਖਾ ਵਾ ਸਾਰੀ ਅੱਗੇ, ਜਾਂ ਕੱਲਾ ਇੱਕ ਓਅੰਕਾਰ ਇਹ ਬੀਜ। ਇਸੇ ਤਰ੍ਹਾਂ ਵੇਦਾਂ ਦੇ ਵੀ 4 ਬੀਜ ਮੰਤਰ ਮੰਨੇ ਗਏ। ਇੱਕ ਹੈ ਅਹੰਗ ਬ੍ਰਹਮ ਅਸਮੀ, ਇੱਕ ਹੈ ਤਤਮ ਅਸੀ। ਜੇ ਤੋੜ ਕੇ ਇਹਨੂੰ ਕਰੀਏ ਨਾ, ਤੋੜ ਕੇ ਸੰਧੀ ਵਿਛੇਦ ਕਰਕੇ, ਤਤ ਤਵਮ ਅਸੀ, ਜੇ ਸੰਧੀ ਦੇ ਸਹਿਤ ਪੜ੍ਹਨਾ ਹੋਵੇ ਨਾ, ਫਿਰ ਤਤਮ ਅਸੀ ਅਹੰਗ ਬ੍ਰਹਮ ਅਸਮੀ। ਗੁਰੂ ਕਵੇ ਤਤਮ ਅਸੀ, ਉਹ ਕਵੇ ਅਹੰਗ ਬ੍ਰਹਮ ਅਸਮੀ। ਇੱਕ ਹੈ ਪ੍ਰਗਿਆਨਮ ਬ੍ਰਹਮ, ਤੇ ਚੌਥਾ ਹੈ ਅਯਮ ਆਤਮਾ ਬ੍ਰਹਮ। ਇਹ 4 ਸ਼ਬਦਾਂ ਦਾ ਨਿਚੋੜ ਆ, 4 ਵੇਦ, ਜਿਨ੍ਹਾਂ ਚ ਇੱਕ ਇੱਕ ਲੱਖ ਕਹਿੰਦੇ ਮਹਾਰਾਜ ਜਾਣੇ ਕਹਿੰਦੇ ਮੰਤਰ ਲਿਖਿਆ, ਸਲੋਕ ਲਿਖਿਆ, 1 ਲੱਖ। ਇਹ 4 ਹੀ ਆ ਬਸ ਚੀਜ਼ਾਂ, 4 ਹੀ ਬਸ। ਇਹ 4 ਦਾ ਹੀ ਵਿਸਥਾਰ ਆ। ਇਹਨਾਂ 4 ਦੇ ਮੈਂ ਸੰਖੇਪ ਜੀ ਅਰਥ ਕਰਦਾ, ਕਿਉਂ ਮਹਾਂਪੁਰਖਾਂ ਨੇ ਕੁਝ ਮੈਨੂੰ ਸੰਸਕ੍ਰਿਤ ਪੜ੍ਹਾਈ ਆ ਕਿਰਪਾ ਕਰਕੇ ਮਹਿਤੇ। ਇਹਨਾਂ 4 ਦੇ ਮੈਂ ਅਰਥ ਕਰਾਂ। ਅਹੰਗ ਬ੍ਰਹਮ ਅਸਮੀ, ਅਹੰਗ ਮੈਨੇ ਮੈਂ, ਬ੍ਰਹਮ ਮੈਨੇ ਵਾਹਿਗੁਰੂ, ਅਸਮੀ ਮੈਨੇ ਹੂੰ, ਮੈਂ ਪਰਮਾਤਮਾ ਹੂੰ, ਮੈਂ ਵਾਹਿਗੁਰੂ ਹੂੰ, ਮੈਂ ਬ੍ਰਹਮ, ਜਿਹਨੂੰ ਆਪਾਂ ਪੰਜਾਬੀ ਚ ਕਹਾਂਗੇ ਮੈਂ ਰੱਬ ਹੈਗਾ। ਔਰ ਫਿਰ ਤਤਮ ਅਸੀ, ਜੀਵ ਪਦ ਦਾ ਅਲੱਗ ਸ਼ਰਤ ਔਰ ਈਸ਼ ਪਦ ਦਾ ਅਲੱਗ ਸ਼ਰਤ, ਦੋਵੇਂ ਬ੍ਰਹਮ। ਜੀਵ, ਈਸ਼ਵਰ ਤੇ ਵਾਹਿਗੁਰੂ, ਇਹ 3 ਚ ਕੋਈ ਫਰਕ ਨਹੀਂ ਹੈ ਸੱਜਣਾ, ਭੁਲੇਖਾ ਕਰਦੇ। ਆਤਮਾ ਪਰਮਾਤਮਾ ਤੇ ਨਿਰਗੁਣ ਸਰੂਪ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ। 3 ਹਸਤੀਆਂ ਮੰਨੀਆਂ ਗਈਆਂ ਨੇ, ਆਤਮਾ, ਜੀਵ, ਇੱਕ ਹੋਰ ਹਸਤੀ ਹੈ ਜਿਹਨੂੰ ਈਸ਼ਵਰ ਕਹਿੰਦੇ, ਦੁਨੀਆਂ ਚਲਾਉਂਦੀ, ਇੱਕ ਉਹਦੇ ਤੋਂ ਵੀ ਉੱਤੇ ਬੈਠਾ ਵਾ ਜਿਹਨੂੰ ਅਕਾਲ ਪੁਰਖ ਕਹਿੰਦੇ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਨਾ ਆਈ, ਉਹਨਾਂ ਨੂੰ ਦਸਮ ਗ੍ਰੰਥ ਦੀ ਬਾਣੀ ਬਿਲਕੁਲ ਪਸੰਦ ਨਹੀਂ ਆਉਂਦੀ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ, ਉਹ ਫਿਰ ਇੱਕ ਦੋਹਰਾ ਪੜ੍ਹਨਗੇ, ਕਾਲ ਪੁਰਖ ਕੀ ਦੇਹ ਮੋ,
ਕੋਟਕ ਬਿਸ਼ਨ ਮਹੇਸ਼। ਉਹ ਕਿਹੜਾ ਕਾਲ ਪੁਰਖ ਆ ਜੀ ਦੇ ਸਰੀਰ ਵਿੱਚ ਕਰੋੜਾਂ ਹੀ ਇਹੋ ਜਿਹੇ ਵਿਸ਼ਨੂੰ ਤੁਰੇ ਫਿਰਦੇ, ਕਰੋੜਾਂ ਹੀ ਸ਼ਿਵ ਤੁਰੇ ਫਿਰਦੇ। ਤਾਂ ਉਹ ਕੌਣ ਆ? ਈਸ਼ਵਰ। ਈਸ਼ਵਰ ਕਾਲ ਦੀ ਹੱਦ ਚ ਆ, ਇਸ ਕਰਕੇ ਉਹਦੇ ਸਰੀਰ ਤਾਂ ਕਾਲ ਦੀ ਹੱਦ ਚ ਹੀ ਹੁੰਦਾ, ਸਮੇਂ ਚ ਪੈਦਾ ਹੁੰਦਾ, ਸਮੇਂ ਚ ਖਤਮ ਹੁੰਦਾ। ਕਈਆਂ ਨੇ ਇੱਥੇ ਭੁਲੇਖੇ ਨਾਲ ਪੜ੍ਹਦੇ ਅਕਾਲ ਪੁਰਖ ਕੀ ਦੇਹ ਮੋਨਾ, ਅਕਾਲ ਪੁਰਖ ਦਾ ਸਰੀਰ ਨਹੀਂ ਆ। ਉਹ ਕੌਣ ਆ? ਚੱਕਰ ਚਿਹਨ ਨਾ ਵਰਨ ਜਾਗ, ਅਕਾਲ ਪੁਰਖ ਨਹੀਂ ਇੱਥੇ ਤੁਸੀਂ ਪੜ੍ਹ ਸਕਦੇ, ਇੱਥੇ ਪੜ੍ਹਨਾ ਪਊਗਾ ਕਾਲ ਪੁਰਖ ਜਿਹੜਾ ਸਮੇਂ ਦੇ ਵਿੱਚ ਹੁੰਦਾ, ਟਾਈਮ ਦੀ ਅੰਦਰ, ਟਾਈਮ ਦੀ ਹੱਦ ਦੇ ਅੰਦਰ ਆ, ਜਿਹੜਾ ਟਾਈਮ ਤੋਂ ਬਾਹਰ ਆ ਉਹ ਅਕਾਲ ਪੁਰਖ, ਜਿਹਨੂੰ ਬਾਣੀ ਨੇ ਵੀ ਆਪਣੇ ਪਵਿੱਤਰ ਬਚਨਾਂ ਵਿੱਚ ਲਿਖਿਆ ਹੈ ਕਿ ਅਕਾਲ ਪੁਰਖ ਕੌਣ ਆ? ਗੁਰੂ ਗ੍ਰੰਥ ਸਾਹਿਬ ਨੂੰ ਜੇ ਪੁੱਛੀਏ ਕਹਿੰਦੇ ਜਿਹਦੇ ਸਿਰ ਤੇ ਕਾਲ ਨਹੀਂ ਉਹ ਅਕਾਲ ਪੁਰਖ ਆ, ਹੋਰ ਕੌਣ? ਤਾਂ ਉਹ ਫਿਰ ਇਹ ਤਿੰਨੇ ਰੱਬ ਦਾ ਰੂਪ ਆ ਜੀ, ਤਿੰਨੇ ਹੀ ਮੈਨੇ ਰੱਬ ਆ, ਕੋਈ ਫਰਕ ਨਹੀਂ। ਤੀਸਰਾ ਬੀਜ ਮੰਤਰ ਜਾਂ ਕਹਿ ਲਓ ਕੁਝ ਵੇਦ ਦਾ ਜਿਹੜਾ ਨਿਚੋੜ ਕਹਿ ਲਓ ਜਾਂ ਮੁੱਖ ਮੇਨ ਸ਼ਬਦ ਕਹਿ ਲਓ, ਵੇਦ ਦੀ ਸ਼ੁਰਤੀ ਕਹਿ ਲਓ ਜਾਂ ਵੇਦ ਦਾ ਕੁਝ ਛੋਟਾ ਜਿਹਾ ਸ਼ਬਦ ਕਹਿ ਸਕਦੇ ਆਪਾਂ, ਮਹਾਂਵਾਕ ਕਹਿ ਲਓ, ਉਹ ਕੀ ਆ? ਪ੍ਰਗਿਆ ਨਾਮ ਬ੍ਰਹਮ। ਤਾਂ ਜਿਹੜਾ ਸੁਪਨ ਅਵਸਥਾ ਦਾ ਅਭਿਮਾਨੀ ਆ ਉਹ ਰੱਬ ਦਾ ਰੂਪ ਆ। ਥੋੜੀ ਗੱਲ ਇਹ ਸਮਝਣੀ ਔਖੀ, ਸਮਾਂ ਨਹੀਂ ਹੈਗਾ, ਅੱਖਰੀ ਅਰਥ ਕਰਕੇ ਮੈਂ ਅੱਗੇ ਤੁਰ ਲੱਗਾ। ਚੌਥਾ ਮੰਤਰ ਆਉਂਦਾ ਹੈ ਸ਼ਾਇਦ ਅਹੰ ਆਪਣੇ ਅਹੰ ਬ੍ਰਹਮ ਅਸਮੀ ਤਤਮ ਅਸੀ ਪ੍ਰਗਿਆ ਨਾਮ ਬ੍ਰਹਮ ਅਯਮ ਆਤਮਾ ਬ੍ਰਹਮ। ਆ ਜਿਹੜੇ ਵੀ ਬੈਠੇ ਆ ਸਭ ਰੱਬ ਹੀ ਆ, ਅਯਮ ਇਹ ਜਿੰਨੇ ਵੀ ਆ ਆਤਮਾਵਾਂ ਜੀਵ ਸਭ ਰੱਬ ਆ, ਇਹ ਨਿਚੋੜ ਆ ਜੀ। ਹੁਣ ਇਸ ਗੱਲ ਤੋਂ ਖਿੱਚ ਗਿਆ ਵੀ ਮੈਂ ਏਡਾ ਵਿਦਵਾਨ ਬੰਦਾ ਕੰਨ, ਵੀ ਏਡਾ ਵੱਡਾ ਮੈਂ ਵਿਦਵਾਨ ਹੋਵਾਂ, ਚਾਰਾਂ ਵੇਦਾਂ ਦੀ ਗੱਲ ਮੈਂ ਇੱਕ ਪੰਕਤੀ ਚ ਕੀਤੀ ਵੀ ਮੈਂ ਉਹੀ ਰੇ, ਮੈਂ ਉਹੀ ਰੇ, ਤੇ ਮੈਨੂੰ ਲਾਹ ਕੇ ਇਹਨਾਂ ਨੇ ਪਰੇ ਮਾਰਿਆ, ਮੇਰੀ ਬੇਇੱਜ਼ਤੀ ਕਰਤੀ। ਸਤਿਗੁਰੂ ਕਹਿੰਦੇ ਜਿਨ ਹਰ ਪਾਇਓ ਤਿਨੇ ਛਪਾਇਓ। ਠੀਕ ਆ ਤੂੰ ਰੱਬ ਆਤਮਾ ਪਰਮਾਤਮਾ ਹੋ ਸਕਦੀ, ਪਰ ਕਦੀ ਕਿਸੇ ਨੇ ਮੂੰਹੋਂ ਨਹੀਂ ਕਿਹਾ ਵੀ ਮੈਂ ਰੱਬ, ਕਿਉਂ? ਤਾਂ ਇਹ ਤਾਂ ਅੰਤਰ ਆਤਮਾ ਦੀ ਗੱਲ ਆ, ਉੱਥੇ ਤੇ ਸ਼ਬਦ ਹੈ ਹੀ ਨਹੀਂ, ਉੱਥੇ ਤੇ ਬੋਲ ਹੈ ਹੀ ਨਹੀਂ, ਜੇ ਤੂੰ ਬੋਲੇ ਤੇ ਝੂਠਾ। ਇਸ ਕਰਕੇ ਬੋਲ ਨਹੀਂ ਹੈਗੇ, ਸ਼ਬਦ ਨਹੀਂ ਹੈਗੇ, ਜਿੰਨੇ ਦੇਖਿਆ ਉਹਨੂੰ ਜ਼ਬਾਨ ਨਹੀਂ ਲੱਗੀ, ਤੇ ਜਿਹੜੀ ਜ਼ਬਾਨ ਬੋਲਦੀ ਉਹ ਕਦੀ ਦੇਖਦੀ? ਜਿਵੇਂ ਅੱਖਾਂ ਨੇ ਦੇਖਿਆ, ਮੰਨ ਲਓ, ਵੈਸੇ ਤੇ ਦੇਖਦੀਆਂ ਨੇ, ਸੁਰਤ ਦੇਖਦੀ, ਅੱਖਾਂ ਨੇ ਦੇਖਿਆ, ਉਹਨੂੰ ਜ਼ਬਾਨ ਲੱਗੀ ਆ ਵੀ ਜਿਹੜਾ ਤੂੰ ਬੋਲ ਕੇ ਦੱਸਦਾ ਪਿਆ ਵੀ ਮੈਂ ਰੱਬ। ਤੇ ਜਿਹੜੀ ਜ਼ਬਾਨ ਬੋਲਦੀ ਪਈ ਆ, ਰਬੜਦੀ ਹਿਲਦੀ ਪਈ, ਇਹਨੂੰ ਅੱਖਾਂ ਲੱਗੀਆਂ, ਇਹਨਾਂ ਵੇਖਿਆ ਸੀ ਰੱਬ। ਜਿਹੜਾ ਬੋਲੂਗਾ ਨਾ ਵੀ ਮੈਂ ਰੱਬ ਆ, ਉੱਥੇ ਖੰਡਨ ਹੋ ਜਾਊਗਾ, ਗਲਤ ਹੋ ਜਾਊਗਾ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕੌਣ ਆ? ਉਹਨਾਂ ਨੇ ਸਪਸ਼ਟ ਕਹਿਤਾ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ। ਇਸ ਗੱਲ ਤੋਂ ਖਿੱਚ ਕੇ ਇਹਨੇ ਵੈਸੇ ਇੱਕ ਹੋਰ ਸ਼ਬਦ ਵੀ ਸੁਣਾਇਆ ਮਹਾਰਾਜ ਨੂੰ, ਇੱਥੇ ਨਹੀਂ ਲਿਖਿਆ ਉਹ, ਮੈਂ ਕੰਨ ਆ, ਕੰਨ ਆ ਮੇਰੀ ਡੀਠ, ਕੰਨ ਆ ਆਗੇ, ਕੰਨ ਆ ਪੀਠ,
ਜਤ ਦੇਖੋ ਤਤ ਕਾਨਾ ਸੋਈ। ਕਾਨੇ ਦਾ ਅਰਥ ਹੁੰਦਾ ਵਾ ਕ੍ਰਿਸ਼ਨ, ਕ੍ਰਿਸ਼ਨ ਦਾ ਵੈਸੇ ਅਰਥ ਹੁੰਦਾ ਆਤਮਾ। ਆਸਾ ਦੀ ਵਾਰ ਸੁਣੀ ਨਾ, ਏਕ ਕ੍ਰਿਸ਼ਨ ਆਪਣੇ ਸਹਿਸਕ੍ਰਿਤੀ, ਏਕ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਾਂ ਕ੍ਰਿਸ਼ਨ ਮੈਨੇ ਆਤਮਾ। ਜਾਂ ਕ੍ਰਿਸ਼, ਕ੍ਰਿਸ਼ਨ ਦਾ ਅਰਥ ਹੁੰਦਾ ਜਿਹੜਾ ਖਿੱਚ ਪਾਵੇ, ਕ੍ਰਿਸ਼ ਜਿਹੜਾ ਖਿੱਚ ਪਾਉਂਦਾ ਪੋਤਰੇ ਦਾ ਮੂੰਹ ਚੁੰਮਦਾ ਜਾ ਕੇ ਕਿ ਨਹੀਂ, ਉਹਦੇ ਚ ਕਿਹੜਾ ਬੈਠਾ ਤੇਰੇ ਮਨ ਨੂੰ ਮਿੱਠਾ ਲੱਗਦਾ ਜਿਹਦੀ ਖਿੱਚ ਪੈਂਦੀ, ਉਹ ਕੀ ਹੋ ਗਿਆ ਕ੍ਰਿਸ਼ਨ। ਜਿਹਨੂੰ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਕੁਰਬਾਨ ਕੀਤਾ ਤਿਸੈ ਬਿੱਟੋ ਜਿਨ ਮੋਹ ਮਿੱਠਾ ਲਾਇਆ। ਹੁਣ ਕਈ ਕਹਿਣਗੇ ਜੀ ਲੈ ਇੱਥੇ ਮਹਾਰਾਜ ਲਿਆ, ਕਈ ਜਗ੍ਹਾ ਮਾਰੇ ਕਹਿੰਦੇ ਮੋਹ ਛੱਡ, ਇੱਥੇ ਕਹਿੰਦੇ ਮਿੱਠਾ ਲਾਇਆ। ਤੇ ਜੇ ਮੋਹ ਨਾ ਹੁੰਦਾ ਤੇ ਇਹਨੇ ਜੰਮਦੀ ਨੇ ਇਹਨੇ ਸੁੱਟ ਦੇਣਾ ਸੀ ਤੈਨੂੰ, 9 ਮਹੀਨੇ ਨਹੀਂ ਸੀ ਢਿੱਡ ਚ ਸਾਂਭ, ਜਿਹਦਾ ਢਿੱਡ ਪਾੜ ਕੇ ਤੈਨੂੰ ਜਨਮ ਦਿੱਤਾ ਗਿਆ। ਜੇ ਮੋਹ ਨਾ ਹੁੰਦਾ ਤੇ ਇਹਨੇ ਤੈਨੂੰ ਸਾਂਭਣਾ ਨਹੀਂ ਸੀ। ਇਸ ਕਰਕੇ ਬਲਹਾਰ ਜਾਵਾਂ ਜਿਹਨੇ ਮੋਹ ਨੂੰ ਵੀ ਮਿੱਠਾ ਕਰਕੇ ਲਾਇਆ। ਤਾਂ ਮਹਾਰਾਜ ਜੀ ਉਹਦਾ ਨਾਂ, ਉਹਨੇ ਆਪਣਾ ਨਾਂ ਰਖਾ ਲਿਆ, ਫਿਰ ਕ੍ਰਿਸ਼ਨ ਦਾ ਕੀ ਬਣ ਗਿਆ? ਕਾਨਾ ਮੈਨੇ ਕ੍ਰਿਸ਼ਨ, ਜਾਂ ਕਾਨਾ ਮੈਨੇ ਸੰਤੋਖੀ, ਅਰਬੀ ਫਾਰਸੀ ਸੁਹਿਰਤ ਸੰਤੋਖੀ ਸਾਬਰ। ਤਾਂ ਕ੍ਰਿਸ਼ਨ ਮੈਨੇ ਆਤਮਾ, ਕਹਿੰਦਾ ਆਤਮਾ ਮੈਨੇ ਪਰਮਾਤਮਾ, ਤਾਂ ਕਹਿੰਦਾ ਮੈਂ ਕਾਨਾ, ਕਾਨਾ ਮੇਰੀ ਡੀਠ, ਮੈਂ ਵੀ ਰੱਬ ਤੇ ਜੋ ਮੈਨੂੰ ਦੇਖਦਾ ਉਹ ਵੀ ਰੱਬ। ਕਾਨਾ ਆਗੇ ਕਾਨਾ ਪੀਠ, ਜਿੱਧਰ ਦੇਖਦਾ ਜਦ ਦੇਖੋ ਤਦ ਕਾਨਾ ਸੋਈ। ਬਸ ਕਾਨਾ ਹੀ ਕਾਨਾ ਕਹਿਣਾ ਚਾਹੀਦਾ ਸੀ, ਆਪਦਾ ਨਾਂ ਨਹੀਂ ਸੀ ਲੈਣਾ ਚਾਹੀਦਾ, ਕਹਿਣਾ ਚਾਹੀਦਾ ਸੀ ਵਾਹਿਗੁਰੂ ਹੀ ਵਾਹਿਗੁਰੂ, ਪਰਮੇਸ਼ਰ ਹੀ ਪਰਮੇਸ਼ਰ। ਪਰ ਆਪਦਾ ਨਾਂ ਹਉਮੈ ਚ ਆਪਦਾ ਨਾਂ ਨਹੀਂ ਕੱਢਿਆ, ਉਹ ਵਿੱਚੇ ਰੱਖਿਆ ਵੀ ਲੋਕ ਮੈਨੂੰ ਵੀ ਯਾਦ ਕਰ। ਤਾਂ ਮਹਾਰਾਜ ਨੇ ਆਖਿਆ ਨਹੀਂ, ਅਸੀਂ ਤੁਹਾਡਾ ਸ਼ਬਦ ਜਿਹੜਾ ਹੈ ਉਹ ਨਹੀਂ ਚੜਾ ਸਕਦੇ। ਤਾਂ ਇਥੋਂ ਫਿਰ ਦੁਖੀ ਹੋ ਕੇ, ਇਥੋਂ ਫਿਰ ਭਗਤੀ ਵਾਲੀ ਲਾਈਨ ਇਹਦੀ ਟੁੱਟ ਗਈ, ਤੇ ਕ੍ਰੋਧ ਵਿੱਚ ਆਣ ਕੇ ਫਿਰ ਕਬੋਲ ਬੋਲੇ ਪੰਜਵੇਂ ਪਾਤਸ਼ਾਹ ਨੂੰ ਇਹਨੇ, ਕਹਿਤ ਭਇਓ ਅਵਸਹੋ ਸਰਾਪ ਮਮ, ਤ੍ਰਿਸ ਕਾਰਨ ਕੋ ਲਿਹੋ ਫਲ ਪਾਈ। ਏਡਾ ਕ੍ਰੋਧ ਵਿੱਚ ਆਇਆ ਭਗਤ ਕੀ ਤੇ ਕ੍ਰੋਧ ਕੀ, ਭਗਤ ਕੀ ਤੇ ਲੋਭ ਕੀ, ਭਗਤ ਕੀ ਤੇ ਲੱਭ ਕੀ ਜ਼ਬਾਨ ਦਾ। ਆਪ ਜੀ ਪੜ੍ਹਦੇ ਨਹੀਂ ਰੋਜ਼, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣ। ਕ੍ਰੋਧ ਵਿੱਚ ਆਣ ਕੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਸਰਾਪ ਦਊਂਗਾ, ਤੇ ਇਹੋ ਜਿਹਾ ਸਰਾਪ ਤੁਹਾਨੂੰ ਦਊਂਗਾ, ਮੇਰੀ ਬੇਇੱਜ਼ਤੀ ਕੀਤੀ ਹੈ ਕਿ ਤੁਹਾਡਾ ਏਡਾ ਵੱਡਾ ਨੁਕਸਾਨ ਹੋਊਗਾ, ਤੁਸੀਂ ਬਹੁਤ ਜ਼ਿਆਦਾ ਦੁਖੀ ਹੋ ਕੇ ਸਰੀਰ ਛੱਡੋਗੇ। ਅਗਲੀਆਂ ਗੱਲਾਂ ਜਿਹੜੀਆਂ ਬੋਲੀਆਂ ਉਹ ਲਿਖੀਆਂ ਨੇ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਿੱਡੇ ਸ਼ਾਂਤੀ ਦੇ ਪੁੱਜ ਸੀ। ਤਾਂ ਇਹ ਕੀ ਬੋਲਦਾ ਮਹਾਰਾਜ ਨੂੰ ਪੰਜਵੇਂ ਪਾਤਸ਼ਾਹ ਨੂੰ ਇਤਿਹਾਸ ਲਿਖ ਰਿਹਾ ਹੈ, ਤੁਮਰੋ ਹੋਏ ਨਿਰਾਦਰ ਅਤਿਸ਼ੈ, ਤੁਰਕਨ ਘਰ ਤੇ ਮਿਲਹਿ ਸਜਾਈ। ਤੁਹਾਡੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਵੇਗੀ,
ਤੇ ਤੁਰਕਾਂ ਦੇ ਘਰ ਵਿੱਚ ਤੁਹਾਨੂੰ ਸਜ਼ਾ ਮਿਲੇਗੀ। ਜਿਹ ਸਜਾਏ ਤੇ ਪ੍ਰਾਨ ਵਿਨਾਸ਼ ਹੈ, ਪਰ ਹੋ ਰਿਪਨ ਬਸ ਜੇ ਦੁਖਦਾਏ। ਸਜ਼ਾ ਵੀ ਏਦਾਂ ਦੀ ਕਿ ਜਿੰਦ ਜਾਨ ਨਿਕਲ ਜਾਵੇ, ਦੁਸ਼ਮਣਾਂ ਦੇ ਵਸ ਪੈ ਕੇ ਬਹੁਤ ਦੁੱਖ ਸਹਿ ਕੇ ਤੁਸੀਂ ਸਰੀਰ ਛੱਡੋਗੇ ਆਪਣਾ। ਸੁੱਤ ਬਨਤਾ ਸੋ ਮਿਲਨ ਨਾ ਹੋਵੇ, ਅੰਤ ਸਮਾਂ ਐਸੋ ਬਨ ਅਜਾਏ। ਇਹੋ ਜਿਹਾ ਸਮਾਂ ਬਣੂਗਾ ਅਖੀਰਲੇ ਸਮੇਂ, ਤੁਹਾਨੂੰ ਤੁਹਾਡਾ ਸਾਹਿਬਜ਼ਾਦਾ ਵੀ ਨਹੀਂ ਦਿਖੂਗਾ, ਪਰਿਵਾਰ ਵੀ ਤੁਹਾਡੇ ਮੱਥੇ ਨਹੀਂ ਲੱਗੇਗਾ, ਇਸ ਤਰ੍ਹਾਂ ਤੁਸੀਂ ਸਰੀਰ ਛੱਡੋਗੇ। ਐਸੇ ਵਚਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਭਰੀ ਸਭਾ ਚ ਇਹਨੇ ਕਹੇ। ਹੁਣ ਇੱਥੇ ਮੈਂ ਬੇਨਤੀ ਕਰ ਦਵਾਂ, ਆਮ ਸੰਗਤ ਦੇ ਮਨ ਵਿੱਚ ਆਊਗਾ ਕਿ ਕਾਨੇ ਨੇ ਸ਼ਰਾਬ ਦੇ ਤਾ ਮਹਾਰਾਜ, ਇਹ ਕਾਨੇ ਦੇ ਸ਼ਰਾਬ ਨਾਲ ਮਹਾਰਾਜ ਨੂੰ ਸ਼ਹੀਦ ਹੋਣਾ ਪੈ ਗਿਆ। ਆਮ ਬੰਦੇ ਦੇ ਮਨ ਚ ਤੇ ਇਹ ਗੱਲ ਆਉਂਦੀ ਹੈ, ਪਰ ਗੱਲ ਇਹ ਨਹੀਂ ਹੈ। ਜੇ ਤੁਸੀਂ ਇਤਿਹਾਸ ਦੀ ਖੋਜ ਕਰੋ ਨਾ, ਅਸਲ ਚ ਕਾਨਾ ਜਿਹੜਾ ਸੀ ਇਹ ਪ੍ਰਿਥੀ ਚੰਦ ਦੇ ਲੜਕੇ ਮਿਹਰਬਾਨ ਦਾ ਸੱਜਣ ਸੀ। ਪ੍ਰਿਥੀ ਚੰਦ ਤੇ ਮਿਹਰਬਾਨ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਸਾਫ ਕਵਾਂ ਮਰਵਾਉਣਾ ਚਾਹੁੰਦੇ, ਸ਼ਹੀਦ ਕਰਵਾਉਣਾ ਚਾਹੁੰਦੇ। ਮਿਹਰਬਾਨ ਨੇ ਜਦੋਂ ਪ੍ਰਿਥੀ ਚੰਦ ਨੇ ਹਰਿਮੰਦਰ ਸਾਹਿਬ ਦੀ ਰੀਸ ਵਿੱਚ ਇੱਕ ਗੁਰਦੁਆਰਾ ਬਣਾਇਆ ਨਾ, ਹੇਰੀ ਸਰੋਵਰ ਵੀ ਬਣਾਇਆ ਹਰਿਮੰਦਰ ਸਾਹਿਬ ਦੀ ਰੀਸ ਚ। ਉਹਦੇ ਗਿਆਨੀ ਜੀ ਬੜੇ ਕਮਾਲ ਦੇ ਲਿਖਾਰੀ, ਉਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਪ੍ਰਿਥੀ ਚੰਦ, ਹੁਣ ਗੁੱਸਾ ਨਾ ਕਰੇ, ਉਹਨਾਂ ਉਦਾਹਰਨ ਬੜੀ ਪੁੱਠੀ ਜੀ ਦਿੱਤੀ, ਪਹਿਲਾਂ ਮਾਫ਼ੀ ਮੰਗ ਲਾ। ਉਹ ਕਹਿੰਦੇ ਬਿੱਲੀ ਤੇ ਬਣਾ ਲਈ ਲੱਕੜ ਦੀ ਤੇ ਮਿਆਉਂ ਕਿੱਥੋਂ ਪਾਵੇਂਗਾ ਵਿੱਚ, ਇਹ ਸਰੋਵਰ ਪਾਣੀ ਖੜਾ ਕਰਨਾ ਸਰੋਵਰ ਥੋੜੀ ਹੈ, ਜਿਹੜੀ ਉੱਥੇ 18 ਘੰਟੇ ਬਾਣੀ ਪੜੀ ਜਾਂਦੀ ਉਹ ਸਰੋਵਰ ਨੂੰ ਅੰਮ੍ਰਿਤ ਬਣਾਉਂਦੀ ਹੈ। ਪਾਣੀ ਤੇ ਇੱਥੇ ਤੁਹਾਡੇ ਘੱਟ ਗਾ ਸਮੁੰਦਰ ਦੇ ਵਿੱਚ, ਫਿਰ ਤੇ ਇਹ ਵੀ ਅੰਮ੍ਰਿਤ ਬਣ ਜੇ, ਰਾਮਦਾਸ ਸਰੋਵਰ ਬਣ ਜੇ। ਫਿਰ ਤੇ ਗੱਲ ਤੇ ਆ ਬਾਣੀ ਦੀ, ਜਿਹਨੇ ਬਣਾਉਣਾ ਵੀ ਤੂੰ ਹਰਿਮੰਦਰ ਤੇ ਨਕਲੀ ਬਣਾ ਲਿਆ, ਸਰੋਵਰ ਤੇ ਨਕਲੀ ਬਣਾ ਲਿਆ, ਪਰ ਵਿੱਚ ਬਰਕਤ ਕਿੱਥੋਂ ਲਿਆ ਕੇ ਪਾਵੇਂਗਾ। ਉਹਨਾਂ ਫਿਰ ਬੜੀ ਬੇਇੱਜ਼ਤੀ ਕੀਤੀ ਗਿਆਨੀ ਜੀ ਨੇ ਬੜੇ ਤਰੀਕੇ ਨਾਲ, ਉਹ ਕਹਿੰਦੇ ਬਿੱਲੀ ਬਣਾ ਲਈ ਲੱਕੜ ਦੀ ਤੇ ਮਿਆਉਂ ਕਿੱਥੋਂ ਪਾਏਗਾ ਵਿੱਚ, ਲਿਆ ਬਰਕਤ ਕਿੱਥੋਂ ਆਵੇਗੀ ਤੇਰੇ ਵਿੱਚ। ਫਿਰ ਪ੍ਰਿਥੀ ਚੰਦ ਤੇ ਮਿਹਰਬਾਨ ਨੇ ਫਿਰ ਮਹਾਰਾਜ ਦੀ ਰੀਸ ਵਿੱਚ ਇਹਦੇ ਲੜਕੇ ਮਿਹਰਬਾਨ ਨੇ ਫਿਰ ਗੁਰੂ ਗ੍ਰੰਥ ਸਾਹਿਬ ਵੀ ਤਿਆਰ ਕੀਤਾ ਬਰਾਬਰ, ਆਪਦੀ ਪੋਥੀ ਵੀ ਲਿਖੀ, ਜਿਹਦੇ ਵਿੱਚ ਜੋ ਮਨ ਘੜਤ ਪਹਿਲੇ ਚਾਰਾਂ ਗੁਰੂਆਂ ਦੀ ਬਾਣੀ ਪਾਈ ਇਹਨੇ, ਪਰ ਬਾਅਦ ਦੇ ਵਿੱਚ ਜੋ ਮਨ ਘੜਤ ਜਿਵੇਂ ਵਾਰ ਪੀਰਾਂ ਦੀ, ਹੁਣ ਦੱਸੋ ਵੀ ਪੀਰਾਂ ਦੇ ਨਾਲ ਸਾਡਾ ਕੀ ਲੈਣਾ ਦੇਣਾ, ਕਬਰਾਂ ਨਾਲ ਸਾਡਾ ਕੀ ਲੈਣਾ ਦੇਣਾ ਵਾਰ ਪੀਰਾਂ ਦੀ। ਉਹਦੇ ਵਿੱਚ ਵਾਰ ਹਜ਼ਰਤ ਮੁਹੰਮਦ ਸਾਹਿਬ, ਚਲੋ ਮਹਾਂਪੁਰਸ਼, ਵਾਰ ਇਮਾਮ ਹਸਨ ਤੇ ਹੁਸੈਨ ਕੀ, ਤੇ ਆਪਣੇ ਯਾਰ ਕਾਨੇ ਨੂੰ ਖੁਸ਼ ਕਰਨ ਵਾਸਤੇ ਨਾ ਉਹਦੇ ਵਿੱਚ ਇੱਕ ਸ਼ਬਦ ਪਾਇਆ ਕਾਨੇ ਦੀ ਉਸਤ ਚ ਮਿਹਰਬਾਨ, ਸੂਰਦਾਸ ਦਾਦੂ ਜਸ ਕੀਨਾ, ਬਚਨ ਆਉਂਦੇ ਇਤਿਹਾਸ ਵਿੱਚ ਸੂਰਦਾਸ ਮਿਹਰਬਾਨ ਦੀ ਪੋਥੀ ਚ ਪਤਾ ਕੀ ਲਿਖਿਆ, ਸੂਰਦਾਸ ਦਾਦੂ ਜਸ ਕੀਨਾ, ਕਾਨਦਾਸ ਤੈ ਹਰ ਨਾਮ ਲੀਨਾ,
ਕਾਨੇ ਨੂੰ ਇੰਨਾ ਸਤਿਕਾਰ ਦਿੱਤਾ ਇਹਨੇ ਵੀ ਇਹਦੀ ਗੁਰੂ ਅਰਜਨ ਦੇਵ ਸਾਹਿਬ ਨਾਲ ਖੜਕਦੀ ਆ ਤੇ ਦੁਸ਼ਮਣ ਦਾ ਦੁਸ਼ਮਣ ਸਾਡਾ ਸੱਜਣ। ਕਾਨ ਦਾਸ ਤੈ ਹਰ ਨਾਮ ਲੀਨਾ ਔਰ ਨੇਤ ਨੇਤ ਕਹੇ ਤੁਝ ਬੇਦਾ, ਇੱਦਾਂ ਜੇ ਪੰਕਤੀ ਆਉਂਦੀ ਉੱਥੇ ਲਿਖੀ ਹੋਈ। ਹੁਣ ਇਹ ਜਿਹੜਾ ਕਾਨਾ ਵਾ ਇਹਨੂੰ ਕਿੱਦਾਂ ਪਤਾ ਵੀ ਇਹ ਤਾਂ ਕੋਈ ਏਡਾ ਵੱਡਾ ਅੰਤਰਜਾਮੀ ਹੈ ਨਹੀਂ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਸ਼ਹੀਦ ਹੋਣਾ। ਇੱਥੇ ਫਿਰ ਇੱਕ ਖੋਜ ਕਹਿੰਦੀ ਹੈ ਵੀ ਜਿਹੜਾ ਕਾਨਾ ਵਾ ਨਾ ਇਹਦੇ ਚਾਚੇ ਦਾ ਪੁੱਤ ਭਰਾ ਵਾ ਚੰਦੂ। ਆ ਇੱਕ ਨਵੀਂ ਗੱਲ ਸੁਣੋ, ਕਾਨੇ ਦੇ ਚਾਚੇ ਦਾ ਪੁੱਤ ਭਰਾ ਵਾ ਚੰਦੂ। ਇਹ ਸਾਰੀ ਜੁੰਡਲੀ ਰਲੀ ਹੋਈ ਆ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰੋ ਤੇ ਜਿੱਦਾਂ ਇਹਨਾਂ ਸ਼ਹੀਦ ਕਰਵਾਉਣਾ ਵਾ ਪ੍ਰਿਥੀ ਚੰਦ ਵਰਗੇ, ਮਿਹਰਬਾਨ ਵਰਗੇ, ਚੰਦੂ ਵਰਗੇ ਜਿੰਨੇ ਵੀ ਉਹ ਇਹਨੂੰ CID ਸੀ ਨਾਲ ਜਿਹੜੇ ਮੁਸਲਮਾਨ ਰਲੇ ਉਹ ਇਹਨੂੰ CID ਸੀ ਵੀ ਮਹਾਰਾਜ ਨੂੰ ਜਹਾਂਗੀਰ ਦਾ ਆਦੇਸ਼ ਹੋ ਗਿਆ ਵੀ ਇੱਦਾਂ ਕਤਲ ਕਰਨਾ। ਇਸ ਕਰਕੇ ਮਹਾਰਾਜ ਦੇ ਵਰੰਟ ਜਾਰੀ ਹੋਣੇ ਸੀ, ਇਹਨੂੰ ਪਤਾ ਸੀ। ਇਸ ਕਰਕੇ ਫਿਰ ਭਾਰੀ ਸਭਾ ਚ ਇਹਨੇ ਮਹਾਰਾਜ ਨੂੰ ਇਹੋ ਜਿਹੀਆਂ ਗੱਲਾਂ ਕੀਤੀਆਂ, ਕਹਿੰਦੇ ਤੂੰ ਇੱਦਾਂ ਮਰਨਾ, ਬਹੁਤ ਕੁਝ ਕਿਹਾ। ਫਿਰ ਅੱਗਿਓ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਸੱਜਣਾ ਅਸੀਂ ਤੇ ਜਿੱਦਾਂ ਮਰਨਾ ਮਰਨਾ ਹੀ, ਪਰ ਤੈਨੂੰ ਪਤਾ ਵਾ ਵੀ ਤੂੰ ਕਿੱਦਾਂ ਮਰਨਾ ਵਾ। ਸਾਰੀ ਸਭਾ ਹੈਰਾਨ ਹੋਈ, ਸਭ ਦੇ ਹੱਥ ਜੁੜ ਕੇ ਤੇ ਫਿਰ ਉਸ ਸਮੇਂ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਇਹਦੀ ਮੌਤ ਆਈ ਹੋਈ ਆਪਣੇ ਬਚਨਾਂ ਵਿੱਚ ਇੱਥੇ ਉਚਾਰਨ ਕੀਤੀ ਹੈ ਮਹਾਰਾਜ ਜੀ ਨੇ। ਸੁਣ ਸ੍ਰੀ ਅਰਜਨ ਹਿਰਦੈ ਵਿਚਾਰੀ, ਇਸਨੇ ਦਿਨਹਾਂ ਸਰਾਪ ਉਦਾਰ। ਲੋਕਾਂ ਦੇ ਵਿੱਚ ਪ੍ਰਗਟ ਤੌਰ ਤੇ ਟੌਰ ਬਣਾਉਣ ਵਾਸਤੇ, ਵਡਿਆਈ ਬਣਾਉਣ ਵਾਸਤੇ ਸਾਨੂੰ ਸਰਾਪ ਦੇ ਕੇ ਦਿਖਾਉਂਦਾ ਹੈ। ਪ੍ਰਥਮ ਮਾਨ ਤਰ ਆਵਨ ਕਿਨਾ, ਭਗਤ ਆਪ ਤੇ ਅਲਪ ਵਿਚਾਰ। ਪਹਿਲਾਂ ਤੇ ਹੋਮੇ ਚ ਭਰਿਆ ਆਇਆ, ਫਿਰ ਵੱਡੇ ਜਿੰਨੇ ਭਗਤ ਕਬੀਰ ਸਾਹਿਬ ਵਰਗੇ ਹੋਏ, ਭਗਤ ਰਵਿਦਾਸ ਸਾਹਿਬ, ਉਹਨਾਂ ਨੂੰ ਜਾਤ ਕਜਾਤ ਕਹਿ ਕੇ ਉਹਨਾਂ ਦੀ ਨਰਾਦਰੀ ਕੀਤੀ ਇਸ ਬੰਦੇ ਨੇ। ਸ਼ਬਦ ਭਨਿਓ ਅਹੰਕਾਰ ਮਹਾਜੁਤ, ਪੜ੍ਹੇ ਸੁਣੇ ਸੋ ਕਰੇ ਅਹੰਕਾਰ। ਚਲੋ ਬੰਦਾ ਇੱਕ ਕੰਮ ਹੀ ਚੰਗਾ ਕਰ ਲੇ, ਪਹਿਲਾਂ ਹੋਮੇ ਚ ਭਰਿਆ ਆ, ਫਿਰ ਭਗਤਾਂ ਦੀ ਨਿੰਦਾ, ਜਿਨ੍ਹਾਂ ਬਾਰੇ ਬਾਣੀ ਕਹਿੰਦੀ ਹੈ, ਸਤਿਗੁਰੂ ਕਹਿੰਦੇ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਿਨ੍ਹਾਂ ਭਗਤਾਂ ਨੂੰ ਆਪਣੇ ਹਿਰਦੇ ਨਾਲ ਲਾ ਕੇ ਰੱਖਦਾ ਉਹਨਾਂ ਦੀ ਇਹ ਨਿੰਦਿਆ ਕਰਦਾ। ਤੀਸਰਾ ਹਉਮੈ ਹੰਕਾਰ ਚ ਸ਼ਬਦ ਉਚਾਰਨ ਕਰਦਾ, ਜਿਹਨੂੰ ਪੜ੍ਹ ਕੇ ਸੁਣ ਕੇ ਹਉਮੈ ਹੀ ਪੈਦਾ ਹੋਣੀ ਹੈ। ਅਮਲ ਜਾਣ ਕਰ ਦਇਓ ਹਟਾਈ, ਸੋ ਇਸਨੇ ਕਰਿਓ ਕ੍ਰੋਧ ਦੁਖਕਾਰ। ਉਹ ਸ਼ਬਦ ਅਮਲ ਸ਼ਬਦ, ਮੈਲਾ ਸ਼ਬਦ ਹਉਮੈ ਦਾ ਭਰਿਆ ਸ਼ਬਦ, ਇਸ ਕਰਕੇ ਅਸੀਂ ਮੋੜ ਦਿੱਤਾ। ਹੁਣ ਇਹ ਕ੍ਰੋਧ ਵਿੱਚ ਬੋਲੀ ਜਾਂਦਾ ਵਾ। ਕ੍ਰੋਧ ਕਿੱਦਾਂ ਦਾ ਵਾ, ਇਹ ਕਿਸੇ ਨੂੰ ਬਾਅਦ ਚ ਫੂਕਦਾ, ਪਹਿਲਾਂ ਆਪਦੀ ਛਾਤੀ ਦਾਹ ਕੇ ਸਾੜ ਕੇ
ਸਵਾਸਾਂ ਦੀ ਹਵਾ ਤੇ ਚੜ ਕੇ ਦੰਦਾਂ ਥਾਣੀ ਬੋਲ ਘੜ ਕੇ ਪਹਿਲਾਂ ਢਿੱਡ ਚ ਅੱਗ ਲਾ ਕੇ ਫਿਰ ਅੱਗੇ ਕਿਸੇ ਦੇ ਅੱਗ ਸੁੱਟਦਾ। ਮਹਾਤਮਾ ਬੁੱਧ ਕਹਿੰਦੇ ਵੀ ਕ੍ਰੋਧ ਏਦਾਂ ਦੀ ਅਗਨੀ, ਪਹਿਲਾਂ ਤੈਨੂੰ ਫੂਕੂਗੀ, ਬਾਅਦ ਚ ਦੇਖਾਂਗੇ ਅਗਲੇ ਨੂੰ ਕਿੰਨਾ ਕੁ ਫੂਕੂਗੀ। ਜਿਸ ਨੇ ਕੋਲਾ ਅੰਗਿਆਰ ਜਲਦਾ ਹੱਥ ਚ ਫੜ ਕੇ ਕਿਸੇ ਤੇ ਸੁੱਟਣਾ, ਉਹ ਸੁਣ ਲਓ ਵੀ ਪਹਿਲਾਂ ਤੁਹਾਡਾ ਵੀ ਹੱਥ ਫੂਕਿਆ ਜਾਣਾ। ਜੇ ਬਲਦੀ ਲੱਕੜ ਨੂੰ ਹੱਥ ਪਾਉਣਾ ਕ੍ਰੋਧ ਕਿੱਦਾਂ ਦਾ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਦੁੱਖ ਕਰਨਾ ਦਾ, ਦੁੱਖ ਦੇਣ ਵਾਲਾ ਹੈ ਕ੍ਰੋਧ। ਹਮ ਜੇ ਸਰਾਪ ਦੇਹ ਨਹਿ ਇਸ ਕੋ ਅਫਰ ਜਾਏਗੋ ਦੀਰਘਮਾਨ। ਜੇ ਅਸੀਂ ਹੁਣ ਇਹਨੂੰ ਮੋੜਵਾਂ, ਇਹਦਾ ਮੂੰਹ ਨੀ ਨਾ ਭੰਨਦੇ। ਪ੍ਰੇਮ ਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਅਗਲੇ ਨੂੰ ਬਿਲਕੁਲ ਹੀ ਵਿਗੜ ਜਾਣ ਦਿਓ। ਨਿਮਰਤਾ ਦਾ ਮਤਲਬ ਇਹ ਨਹੀਂ ਆ ਵੀ ਉਹ ਤੁਹਾਡੇ ਸਿਰ ਤੇ ਹੀ ਚੜ ਕੇ ਬਹਿ ਜਾਵੇ, ਕਿਉਂ ਕਈ ਬੰਦੇ ਨਿਮਰਤਾ ਨੂੰ ਅਗਲੇ ਦੀ ਕਮਜ਼ੋਰੀ ਸਮਝਦੇ ਆ, ਇਹ ਸ਼ਾਇਦ ਡਰਦਾ ਮੇਰੇ ਤੋਂ, ਇਹਨੂੰ ਕੋਈ ਘਾਟ ਹੈ। ਇੱਕ ਕ੍ਰੋਧ ਬਿਲਕੁਲ ਵਾਜਬ ਆ ਜਿਹੜਾ ਬੱਚੇ ਦੇ ਕੰਨ ਮਰੋੜ ਕੇ ਸਿੱਧੇ ਕਰਨਾ ਤੁਹਾਡੇ ਤੇ, ਇੱਥੇ ਕਹਿੰਦੇ ਪੁਲਿਸ ਆ ਜਾਂਦੀ ਲੈਣ। ਇੱਕ ਕਾਮ ਬਿਲਕੁਲ ਵਾਜਬ ਆ ਜਿਹਦੇ ਨਾਲ ਸੰਸਾਰ ਪੈਦਾ ਹੁੰਦਾ, ਇੱਕ ਮੋਹ ਬਿਲਕੁਲ ਵਾਜਬ ਆ ਜਿਹੜਾ ਆਪਣੇ ਗੁਰੂ ਨਾਲ ਮਿਲ ਮੇਰੇ ਪ੍ਰੀਤਮਾ ਜੀਓ ਹੋ ਤੁਦ ਬਿਨ ਖਰੀ ਨਿਮਾਣੀ। ਇੱਕ ਲੋਭ ਬਿਲਕੁਲ ਵਾਜਬ ਆ, ਇੱਕ ਤਾਂ ਉਹ ਆ ਨਾ ਜਿਹੜਾ ਕਰਨਾ ਹੀ ਨਹੀਂ ਲੋਭ, ਇੱਕ ਬਿਲਕੁਲ ਵਾਜਬ ਆ ਇਹ ਲਾਲਚ ਹੋ ਤੋ ਗੁਣ ਉਚਰੋ। ਰੱਬ ਦੇ ਗੁਣ ਗਾਉਣੇ, ਨਾਮ ਜਪਣਾ ਹੈ। ਗੁਰੂ ਗੋਬਿੰਦ ਸਿੰਘ ਜੀ ਗਰੀਬ ਨਿਵਾਜ ਕਹਿੰਦੇ ਮੈਨੂੰ ਬੜਾ ਲੋਭ ਆ ਇਸ ਚੀਜ਼। ਗੁਰੂ ਨਾਨਕ ਦੇਵ ਸਾਹਿਬ ਵੀ ਮਾਤਾ ਨੂੰ ਕਹਿੰਦੇ ਰੋਟੀ ਛੱਡ ਸਕਦਾ, ਪਰਿਵਾਰ ਛੱਡ ਸਕਦਾ, ਸਭ ਕੁਝ ਛੱਡ ਸਕਦਾ, ਪਰ ਇਹਨੂੰ ਨਹੀਂ ਛੱਡ ਸਕਦਾ, ਅੱਖਾਂ ਜੀਵਾਂ ਵਿਸਰੇ, ਇਹ ਬਿਲਕੁਲ ਵਾਜਬ। ਤਾਂ ਇਸੇ ਤਰ੍ਹਾਂ ਬੱਚੇ ਦੇ ਨਾਲ ਮਾਂ ਪ੍ਰੇਮ ਕਰਦੀ ਹੈ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਹੁਣ ਵਿਗੜੀ ਜਾਵੇ, ਸੁਧਾਰਦੀ ਵੀ। ਤਾਂ ਸਤਿਗੁਰੂ ਜੀ ਨੇ ਵੇਖਿਆ ਵੀ ਇਹਦੇ ਕ੍ਰੋਧ ਨੇ, ਇਹਦੇ ਹੰਕਾਰ ਨੇ ਇਹਨੂੰ ਭਗਤੀ ਤੋਂ ਤੇ ਦੂਰ ਸੁੱਟ ਹੀ ਦਿੱਤਾ, ਪਰ ਜੇ ਇਹਨੂੰ ਥੋੜ੍ਹੀ ਬਹੁਤੀ ਹੁਣ ਸਜ਼ਾ ਨਾ ਨਾ ਮਿਲੀ, ਇਹ ਫਿਰ ਭਗਤਾਂ ਦੀ, ਸੰਤਾਂ ਸਾਧੂਆਂ ਦੀ ਨਿੰਦਿਆ ਕਰੂਗਾ। ਤਾਂ ਉਸ ਸਮੇਂ ਫਿਰ ਮਹਾਰਾਜ ਨੇ ਇਹਨੂੰ ਇਹਦਾ ਭਵਿੱਖ ਦੱਸਿਆ ਵੀ ਤੂੰ ਆਪਦੀ ਸੋਚ, ਸਾਡਾ ਕੋਈ ਨੀ, ਅਸੀਂ ਜਿੱਦਾਂ ਮਰਾਂਗੇ ਦੇਖੀ ਜਾਵੇਗੀ। ਗਨ ਭਗਤਨ ਕੋ ਅਲਪ ਜਾਣਵੇ ਜੇ ਨਾ ਮਿਲੇ ਫਲ ਇਸੇ ਮਹਾਨ। ਜੇ ਇਹਨੂੰ ਫਲ ਨਾ ਦਿੱਤਾ ਇਹਦੇ ਆਫਰ ਜਾਵੇਗਾ, ਤੇ ਜੇ ਇਹਨੂੰ ਫਲ ਨਾ ਦਿੱਤਾ ਤੇ ਭਗਤਾਂ ਦੀ ਨਿੰਦਿਆ ਹੋਰ ਵੀ ਕਰੇਗਾ ਕਬੀਰ ਸਾਹਿਬ ਵਰਗਿਆਂ ਦੀ। ਇਮ ਵਿਚਾਰ ਉਰ ਬੋਲੇ ਸ੍ਰੀ ਗੁਰ ਹਮ ਲਾਹੌਰ ਤੁਜ ਦੇਹੇ ਨਾ ਜਾਣ। ਇਹ ਕਹਿੰਦਾ ਮਹਾਰਾਜ ਤੁਹਾਨੂੰ ਲਾਹੌਰ ਮਾਰਿਆ ਜਾਊਗਾ। ਸਤਿਗੁਰੂ ਕਹਿੰਦੇ ਅਸੀਂ ਤੈਨੂੰ ਲਾਹੌਰ ਹੀ ਨਹੀਂ ਪਹੁੰਚਣ ਦੇਣਾ, ਅਸੀਂ ਤੇ ਲਾਹੌਰ ਜਾਵਾਂਗੇ, ਤੈਨੂੰ ਲਾਹੌਰ ਤੋਂ ਵੀ ਉਰੇ ਹੀ ਰੱਖ ਲਵਾਂਗੇ। ਰੱਖ ਹੈ ਵਹਿਰ ਮ੍ਰਿਤ ਕੋ ਪਾਵਹੇ ਅਵਗਤ ਮਰਹੇ ਹੋਏ ਹੈਰਾਨ। ਕਹਿੰਦੇ ਲਾਹੌਰ ਵੜਨ ਤੋਂ ਬਾਹਰ ਤੈਨੂੰ ਮੌਤ ਆਵੇਗੀ, ਅਵਗਤ ਮਰੇਗਾ, ਸਾਂਭਣ ਵਾਲਾ ਕੋਈ ਨੀ ਹੋਵੇਗਾ, ਕਿਉਂਕਿ ਤੂੰ ਭਗਤਾਂ ਦੀ
ਰੱਬ ਦੇ ਪਿਆਰਿਆਂ ਦੀ। ਅੱਜ ਵੀ ਕਈ ਨਿੰਦਿਆ ਕਰਦੇ ਭਗਤ ਰਵਿਦਾਸ ਦਾ ਵੀ, ਜਾਤ ਪਾਤ ਦਾ ਨਾਂ ਲੈਂਦੇ ਨੇ, ਭਗਤ ਕਬੀਰ ਸਾਹਿਬ ਦਾ ਵੀ, ਕਈ ਨੇ ਬੜੇ ਗੁਰੂਆਂ ਦੀ ਵੀ ਨਿੰਦਿਆ ਕਰਨ ਵਾਲੇ ਨੇ। ਅਵਗਤ ਹੋ ਕੇ ਕਹਿੰਦੇ ਤੇਰੀ ਮੌਤ ਹੋਵੇਗੀ। ਸੁਣ ਕੈ ਪੁਨ ਕਾਨਾ ਪਨ ਬੈਨਨ, ਬਰਖ ਪੰਚ ਸੈ ਉਮਰ ਵਿਸਾਲ। ਹੁਣ ਕਾਨੇ ਨੂੰ ਹਉਮੈ ਬੜੀ ਆ, ਦੇਖੋ ਕਹਿੰਦਾ ਮਿਰਚ ਏਡੀ ਤਾਕਤ ਆ, ਯੋਗ ਅਭਿਆਸ ਕਰਕੇ ਮੈਂ 500 ਸਾਲ ਭੋਗ ਸਕਦਾ। 500 ਸਾਲ ਮੈਂ ਦਸਮ ਦਵਾਰ ਚ ਸਵਾਸ ਚੜਾ ਕੇ ਆਪਣੀ ਉਮਰ ਇੰਨੀ ਕਰ ਸਕਦਾ ਹਾਂ ਜਾਂ ਕਰ ਚੁੱਕਾ ਹਾਂ, ਜਾਂ ਇੰਨੀ ਮੇਰੀ ਉਮਰ ਹੋ ਸਕਦੀ ਹੈ। ਵਿਘਨ ਅਨੇਕ ਸਮੀਪ ਨ ਆਵਹੇ, ਯੋਗ ਅਭਿਆਸ ਕੋ ਕਰੋ ਸਭ ਕਾਲ। ਤੇ ਮੈਂ ਯੋਗ ਅਭਿਆਸ ਕਰਦਾ ਰਹਿੰਦਾ ਵਾ, ਇਸ ਕਰਕੇ ਮੈਨੂੰ ਕੋਈ ਦੁੱਖ ਮੇਰੇ ਨੇੜੇ ਨਹੀਂ ਆ ਸਕਦਾ। ਦੁੱਖ ਜਿੰਨੇ ਨੇ ਸਰੀਰ ਤੱਕ ਨੇ, ਅਸਰ ਉਹਨਾਂ ਦਾ ਮਨ ਤੱਕ ਹੈ। ਮੈਂ ਦਸਮ ਦਵਾਰ ਸਵਾਸ ਚੜਾ ਲੂੰਗਾ, ਮੇਰੀ ਸਿਹਤ ਤੇ ਕੀ ਅਸਰ ਪਵੇਗਾ ਜੇ ਕੋਈ ਦੁੱਖ ਵੀ ਆਵੇਗਾ ਮੈਨੂੰ। ਕਾਲ ਜਾਲ ਜਿਹੇ ਪੋਹੇ ਨਾ ਸਕਹੇ, ਆਸ ਮਠ ਮਹਿ ਬਾਸੋ ਨਿਸਚਾਲ। ਜਿੱਥੇ ਮੌਤ ਦੇ ਜਾਲ ਦਾ ਅਸਰ ਨਹੀਂ ਪੈਂਦਾ, ਇਹੋ ਜੇ ਮੱਠ ਦਸਮ ਦਵਾਰ ਚ ਮੈਂ ਸਵਾਸ ਚੜਾ ਕੇ ਰੱਖਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਮੈਂ ਨਾ ਮਰੋ ਤੁਮ ਸਰਾਪ ਵਿਫਲ ਹੋਏ, ਦਸਮ ਦਵਾਰ ਕੀ ਕਰੋ ਸੰਭਾਲ। ਮੈਂ ਨੀ ਮਰਾਂਗਾ, ਤੇਰੇ ਬਚਨ ਝੂਠੇ ਹੋਣਗੇ, ਦੁਨੀਆਂ ਦੇਖੂਗੀ ਕਿ ਤੇਰੇ ਬਚਨ ਨਹੀਂ ਪੂਰੇ ਹੋਏ, ਕਾਨਾ ਤੇ 500 ਸਾਲ ਨਹੀਂ ਮਰ ਸਕਦਾ, ਦਸਮ ਦਵਾਰ ਦੀ ਮੈਂ ਸੰਭਾਲ ਕਰਾਂਗਾ। ਇੱਦਾਂ ਦੇ ਬਚਨ ਇੰਨੇ ਹਉਮੈ ਵਿੱਚ ਹੰਕਾਰ ਵਿੱਚ ਕੀਤੇ ਨੇ, ਦੇਖਦੇ ਮਹਾਰਾਜ ਕੀ ਅੱਗਿਓਂ ਜਵਾਬ ਦੇਣਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਾਪਤੀ ਦਾ ਸਤੋਤਰ ਪੜ੍ਹ ਕੇ ਸਮਾਪਤੀ ਕਰੀਏ। ਦੋ ਪੰਕਤੀਆਂ ਭਾਈ ਸਾਹਿਬ ਜੀ ਪੜ੍ਹਨਗੇ, ਫਿਰ ਆਪਾਂ ਛੋਟਾ ਜਿਹਾ ਸਤੋਤਰ ਪੜ੍ਹ ਕੇ ਫਤਿਹ ਦੀ ਸਾਂਝ ਪਾਉਂਦੇ ਹਾਂ। ਕਾਲ ਜਾਲ ਜਿਹੇ ਪੋਹੇ ਨਾ ਸਕਹੇ, ਆਸ ਮਠ ਮਹਿ ਬਾਸੋ ਨਿਸਚਾਲ। ਮੈਂ ਨਾ ਮਰੋ ਤੁਮ ਸਰਾਪ ਵਿਫਲ ਹੋਏ, ਦਸਮ ਦਵਾਰ ਕੀ ਕਰੋ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਤ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ